ਔਰ ਤੁਹਾਡਾ ਗਾਈਜ਼ ਇੱਕ ਹੋਰ ਮੇਰੇ ਨਵੇਂ ਅਤੇ ਨਿਊ ਡੇਲੀ ਵਲੋਗ ਨੰਬਰ 3 ਦੇ ਵਿੱਚ। ਅਤੇ ਗਾਈਜ਼ ਅੱਜ ਦਾ ਡੇਲੀ ਵਲੋਗ ਮੈਂ ਸਟਾਰਟ ਕਰਨਾ, ਇੱਕ ਦਿਨ ਦਾ ਗੈਪ ਆ ਗਏ ਜਸਟ ਬਿਕੋਜ਼ ਕਿਉਂਕਿ ਮੈਂ ਕਿੰਨੀ ਦੇਰ ਮਤਲਬ ਫੋਨ ਆਪਦੇ ਹੈਂਡ ਦੇ ਵਿੱਚ ਰੱਖਦਾ ਹੁੰਦਾ ਸੀ, ਅਤੇ ਉਹਦੇ ਨਾਲ ਪਤਾ ਕਿ ਮੇਰੇ ਹੈਂਡ ਦੇ ਵਿੱਚ ਨਾ ਇਸ ਹੈਂਡ ਦੇ ਜਿਹਾ ਉੱਤੋਂ ਮੈਂ ਫੜ ਕੇ ਉਹਨੂੰ ਵਲੋਗਿੰਗ ਕਰ ਰਿਹਾ, ਇਸ ਹੈਂਡ ਦੇ 'ਚ ਇੱਥੇ ਦਰਦ ਹੋਣ ਲੱਗ ਪਈ, ਅਤੇ ਤਾਂ ਮੈਂ ਇੱਕ ਦਿਨ ਦਾ ਗੈਪ ਲੈ ਲਿਆ ਕਿਉਂਕਿ ਮੇਰਾ ਪਿਛਲਾ ਵਲੋਗ ਸੀ ਜਿਹੜਾ ਉਹ ਵੱਡਾ ਹੋ ਗਿਆ ਸੀ, ਮੈਂ ਉਹਨੂੰ ਦੋ ਪਾਰਟ 'ਚ ਕਰਤਾ, ਤਾਂ ਮੈਂ ਇੱਕ ਦਿਨ ਦਾ ਗੈਪ ਲਿਆ ਕਿਉਂਕਿ ਵਲੋਗ ਤੁਹਾਨੂੰ ਡੇਲੀ ਮਿਲਣ ਨੂੰ ਮਿਲਣ ਡੇਲੀ ਵੇਖਣ ਨੂੰ ਮਿਲਣਗੇ। 10 ਐਡੀਟਿੰਗ ਵੈਸੇ ਮੈਂ ਇੰਨੀ ਤਕੜੀ ਨਹੀਂ ਕਰ ਰਿਹਾ ਕਿਉਂਕਿ ਟਾਈਮ ਲੱਗਦਾ, ਮੇਰੇ ਕੋਲ ਟਾਈਮ ਹੈ ਨਹੀਂ, ਛੇਤੀ ਤੋਂ ਛੇਤੀ ਐਡਿਟਿੰਗ ਕਰਕੇ ਅਪਲੋਡ ਮਾਰਨੇ ਹੁੰਦੇ ਆ, ਤਾਂ ਮੈਂ ਗਾਈ ਮਤਲਬ ਇਵੇਂ ਇੰਨੀ ਵਧੀਆ ਐਡਿਟਿੰਗ ਨਹੀਂ ਕਰਦਾ, ਮੀਮਸ ਵਗੈਰਾ ਨਹੀਂ ਲਾਉਂਦਾ ਇੰਨੀਆਂ ਤਾਂ। ਅਤੇ ਮੇਰੇ ਹੈਂਡ ਦੇ ਹੁਣ ਵੀ ਥੋੜ੍ਹੀ ਦਰਦ ਹੋ ਰਹੀ ਹੈ ਲੇਕਿਨ ਬਹੁਤ ਘੱਟ ਹੋ ਰਹੀ ਹੈ, ਸ਼ਾਮ ਹੋ ਚੁੱਕੀ ਆ, 4:30 ਵੱਜ ਚੁੱਕੇ ਸ਼ਾਇਦ, ਅਤੇ ਹੁਣ ਮੈਂ ਵਲੋਗ ਕਰ ਰਿਹਾ ਸ਼ੁਰੂ। ਅਤੇ ਬਾਈ ਹੁਣ ਮੈਂ ਸੋਚ ਰਿਹਾ ਸੀ ਮੇਰੀ ਸਕੂਟੀ ਹੈ ਨਾ ਜਿਹੜੀ ਉਹ ਬੈਟਰੀ ਵਾਲੀ, ਤੁਸੀਂ ਸ਼ਾਇਦ ਨਹੀਂ ਵੇਖੀ, ਵਿਖਾ ਦਾਂਗਾ ਮੈਂ ਉਹਦੀ ਨਾ ਅਗਲੀ ਬਾਡੀ ਦੇ ਕੋਈ ਸਕਰੂ ਵਗੈਰਾ ਢਿੱਲੇ ਨੇ, ਉਹਨੂੰ ਖੋਲ੍ਹ ਕੇ ਪਹਿਲਾਂ ਚੈੱਕ ਕਰਦੇ ਹਾਂ ਉਹਦੇ 'ਚ ਕੀ ਦਿੱਕਤ ਹੈ, ਅੱਜ ਮਕੈਨਿਕ ਬਣਾਉਂਦੇ ਪੂਰੇ ਆਪਾਂ। ਬਾਈ ਮੇਰੀ ਸਕੂਟੀ ਦੇਖੋ ਚਿੰਨ ਵੱਲ ਦੀ ਆ, ਪੇਚਕਸ ਕੱਢਦੇ ਹਾਂ, ਤਾਂ ਗਾਈਜ਼ ਹੁਣ ਮੈਂ ਤੁਹਾਨੂੰ ਸਕਰੂ ਖੋਲ੍ਹ ਕੇ ਮਿਲਦਾ, ਠੀਕ ਹੈ ਗਾਈਜ਼? ਚਲੋ ਵੀ ਗਾਈਜ਼ ਹੁਣ ਮੈਂ ਸਕਰੂ ਲਿੱਤੇ ਆ ਖੋਲ, ਹੁਣ ਆਪਾਂ ਬਾਡੀ ਨੂੰ ਚੱਕ ਦਿੰਦੇ ਹਾਂ। ਉਹ ਬਈ ਸੁਭਾਵਿਕ ਹੋ ਗਈ ਤੇਰੀ, ਪਤਾ ਨਹੀਂ ਕੀ ਕਿਹੜਾ ਇਨਸੈਕਟ ਹੈ, ਇਹਦੇ ਤੋਂ ਥੋੜ੍ਹਾ ਖਤਰਾ ਹੀ ਹੈ, ਦੂਰੀ ਰਹਾਂਗੇ ਥੋੜ੍ਹਾ ਜਿਹਾ। ਅੰਦਰ ਦਰਾਜ, ਚਲੋ ਗਾਈਜ਼ ਹੁਣ ਇਹਨੂੰ ਸੈੱਟ ਕਰਕੇ ਮਿਲਦੇ ਹਾਂ, ਠੀਕ ਹੈ ਗਾਈਜ਼? ਵੀ ਗਾਈਜ਼ ਹੁਣ ਵਾਰੀ ਆ ਚੁੱਕੀ ਹੈ ਕੱਸਣ ਦੀ, ਅਜੇ ਤੱਕ ਮੈਨੂੰ ਕੱਸਿਆ ਨਹੀਂ ਹੈ, ਅਤੇ ਹੁਣ ਮੈਂ ਕੱਸਾਂ ਇਹਨੂੰ, ਅਤੇ ਕੱਸ ਕੇ ਮਿਲਦਾ ਮੈਂ ਤੁਹਾਨੂੰ, ਗਰਮੀ ਬੜੀ ਆ। ਚਲੋ ਇਹਨੂੰ ਪਹਿਲਾਂ ਸੈੱਟ ਕਰਦੇ ਹਾਂ ਅਤੇ ਫਿਰ ਮਿਲਦੇ ਹਾਂ, ਠੀਕ ਹੈ ਗਾਈਜ਼? ਫਿਰ ਇਹਦੀ ਥੋੜ੍ਹੀ ਜਿਹੀ ਸਾਊਂਡ ਸੀ ਉਹ ਜਿਹੀ ਟਕ 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 ਅਗਲੀ ਬਾਡੀ ਦੀ ਆਵਾਜ਼ ਆਉਂਦੀ ਸੀ, ਚਲੋ ਮਿਲਦੇ ਹਾਂ। ਸੋਹਣਾ ਤਾਂ ਜਿੱਦਾਂ ਆਪਾਂ ਕੱਲ੍ਹ ਹੁਣ ਵਾਈਏ ਟੈਸਟ ਰਾਈਡ ਦੀ, ਚਲੋ ਟੈਸਟ ਰਾਈਡ ਲੈ ਜਾਂਦੇ ਹਾਂ। ਗਾਈ ਸਕੂਟੀ ਅੱਡੇ ਅੱਗੇ ਨੂੰ ਰਿੜ ਗਈ, ਮੇਰੇ ਨਾਲ ਹੋ ਗਿਆ ਪ੍ਰੈਂਕ, ਮੈਂ ਕੈਮਰਾ ਕੱਢਿਆ ਮਤਲਬ ਫੋਨ ਕੱਢਿਆ ਵਲੋਗਿੰਗ ਕਰਨ ਨੂੰ, ਸਕੂਟਰੀ ਬਾਈ ਸਾਹਿਬ ਅੱਗੇ ਖਿਸਕੀ ਜਾਵੇ। ਚਲੋ ਗਾਈ ਫਿਰ ਦੁਬਾਰਾ ਤੁਸੀਂ ਇੰਜੋਏ ਕਰੋ ਮੋਟਾ ਵਲੋਗ, ਮੋਟਾ ਵਲੋਗ ਗਾਈ, ਮੋਟਾ ਵਲੋਗ, ਮੋਟਾ ਵਲੋਗ, ਮੋਟਾ ਬਾਈ। ਅਰੇ ਕਹਿਣਾ ਕਿਆ ਚਾਹਤੇ ਹੋ,
ਸਨਸੈਟ ਹੁਣ ਆਪਾਂ ਚੱਲਦੇ ਹਾਂ ਛੱਤ 'ਤੇ ਹੋਣ ਵਾਲਾ ਪਹਿਲੀ ਗੱਲ ਵੈਸੇ ਇੰਨਾ ਵੀ ਸਨਸੈਟ ਨਹੀਂ ਹੋਇਆ ਧੁੱਪ ਫੁੱਲ ਉੱਤੇ ਆ ਗਰਮੀ ਫੁੱਲ ਪੈ ਰਹੀ ਹੈ ਹੋਣ ਵਾਲਾ ਹੈ ਕੋਈ ਨਹੀਂ ਆਪਾਂ ਉੱਤੇ ਚੱਲ ਕੇ ਬਹਿੰਦੇ ਹਾਂ ਜਿੱਥੇ ਚੱਲ ਜਾਓ ਇੰਨੀ ਕਿੜਪੜ ਕਿੜਪੜ ਆਵਾਜ਼ ਆਵਾਜ਼ ਯਾਰ ਧੁੱਪ ਬੜੀ ਪੈ ਰਹੀ ਆ ਵੇਖੋ ਇੱਕ ਵਾਰੀ ਯਾਰ ਫੋਨ ਵੀ ਨਹੀਂ ਵੇਖਦਾ ਇੰਨਾ ਸ਼ੁਕਰ ਆ ਪੇੜ ਦੇ ਓਲੇ ਹੋ ਗਈ ਵੈਸੇ ਕੈਮਰੇ 'ਚ ਪੇੜ ਦੇ ਓਲੇ ਵੇਖਦੀ ਨਹੀਂ ਯਾਰ ਪੇੜ ਦੇ ਉੱਤੇ ਵੇਖਦੀ ਕੈਮਰੇ ਤੋਂ ਵੀ ਫੋਕਸ ਨਹੀਂ ਹੋਇਆ ਪੇੜ ਜਾਂ ਬਲੈਕ ਆ ਰਹੀ ਧੁੱਪ ਆ ਰਿਹਾ ਪੇੜ ਐਂ ਲੱਗਦਾ ਧੁੱਪ ਇਹਦੇ ਪਿੱਛੇ ਹੋਵੇ ਪੇੜ ਦੇ ਰੁਕੋ ਗਾਇਸ ਆ ਵੇਖੋ ਗਾਇਸ ਖੇਤਾਂ ਦੇ ਆ ਸੀਨ ਹੈ ਸੱਚੀ ਯਾਰ ਇੱਧਰ ਧੁੱਪ ਪੈਣ ਦੀ ਨਹੀਂ ਸੀਨ ਬਹੁਤ ਵਧੀਆ ਆਉਣੇ ਸੀ ਆ ਵੇਖੋ ਗਾਇਸ ਹਰਿਆਲੀ 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 ਹੋਈ ਪਈ ਹੈ ਚਾਰੋਂ ਪਾਸੇ ਪੱਠੇ ਨੇ ਜਵਾਰ ਹੈ ਕਿਤੇ ਝੋਨਾ ਦੇ ਕੇ ਵਾਸਤੇ ਜੀਰੀ ਲਾਉਣ ਵਾਸਤੇ ਕੱਦੂ ਹੋ ਰਿਹਾ ਪਿੱਛੇ ਟਰੈਕਟਰ ਚੱਲ ਰਿਹਾ ਉਹ ਵੇਖੋ ਗਾਈ ਜਿਹਨਾਂ ਨੂੰ ਨਹੀਂ ਪਤਾ ਵੈਸੇ ਸਾਰਿਆਂ ਨੂੰ ਪਤਾ ਹੀ ਆ ਅਤੇ ਗਾਈਜ਼ ਇੱਕ ਰਿਕੁਐਸਟ ਕਰਦਾ ਮੈਂ ਪਲੀਜ਼ 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 ਚੈਨਲ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬਰ ਬਹੁਤ ਘੱਟ ਨੇ ਸੱਚੀ ਬਹੁਤ ਘੱਟ ਨੇ ਪਲੀਜ਼ ਸਬਸਕ੍ਰਾਈਬ ਕਰ ਦਿਓ ਪਲੀਜ਼ ਸਬਸਕ੍ਰਾਈਬ ਕਰ ਦਿਓ ਅਤੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਨਾ ਸੱਚੀ ਯਾਰ ਦਿਲੋਂ ਥੈਂਕ ਯੂ ਉਹ ਯਾਰ ਹਵਾ ਨਹੀਂ ਚੱਲਦੀ ਵੀ ਅੱਜ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਦਲਾ ਝੰਡਾ ਲਹਿਰਾਉਂਦਾ ਨਹੀਂ ਪਿਆ ਹਵਾ ਚੱਲ ਪਾ ਬਈ ਯਾਰ ਥੋੜ੍ਹਾ ਜਿਹਾ ਜੂਮ ਹੋ ਗਿਆ ਕੈਮਰਾ ਜੂਮ ਅਪ ਕਰਕੇ ਮਿਲਦਾ ਤੁਹਾਨੂੰ ਇਸ 'ਤੇ ਮੈਂ ਇੰਨਾ ਕਹਿ ਰਿਹਾ ਸੀ ਜਿਹੜੇ ਸਪੋਰਟ ਦੇ ਰਹੇ ਨੇ ਨਾ ਸਾਨੂੰ ਸੱਚੀ ਦਿਲੋਂ ਥੈਂਕ ਯੂ ਆ ਉਹਨਾਂ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਵੀ ਤੁਸੀਂ ਸਾਨੂੰ ਇੰਨੀ ਸਪੋਰਟ ਦੇ ਰਹੇ ਹੋ ਗਾਈ ਇੱਕ ਨਾ ਕੈਮਰੇ ਦੇ ਵਿੱਚ ਨਾ ਕੈਮਰੇ ਮੇਰੀ ਉੜੀ ਦੇ ਨਾ ਵਿੱਚ ਕੜਕੜ ਜਿਹੀ ਆਉਂਦੀ ਆ ਮਾਈਕ ਦੇ ਕੇ ਨਾ ਵੇਖੋ ਇਹ ਹੁਣ ਸ਼ਾਇਦ ਨਾ ਆਉਂਦੀ ਹੋਵੇ ਆ ਦੇਖਿਓ ਆਉਂਦੀ ਐਵੇਂ ਦੀ ਆਵਾਜ਼ ਨਾ ਆਉਂਦੀ ਹੈ ਮਾਈਕ ਦੇ ਵਿੱਚ ਉਹ ਨਾ ਕਵਰ ਕਰਕੇ ਆਉਂਦੀ ਹੈ ਮੈਂ ਹੁਣ ਦੱਸੋ ਐਰਕੀ ਆਈ ਕਿ ਨਹੀਂ ਮੈਂ ਹੈਂਡ ਉੱਤੇ ਰੱਖਾਂ ਜੇ ਐਰਕੀ ਵੀ ਆਪਾਂ ਕਵਰ ਲਾ ਕੇ ਵੀਡੀਓ ਸ਼ੂਟ ਕਰਿਆ ਕਰਾਂਗੇ ਹੁਣ ਮੈਂ ਕਵਰ ਦੇ ਹੱਥ ਉੱਤੇ ਰੱਖਿਆ ਹੋਇਆ ਸਾਈਡ 'ਤੇ ਵੈਸੇ ਮੈਂ ਸਾਈਡ ਤੋਂ ਫੜਦਾ ਹੁਣ ਮੈਂ ਉੱਤੋਂ ਦੀ ਫੜਿਆ ਹੋਇਆ ਯਾਰ ਧੁੱਪ ਪੈਣ ਦੀ ਉੱਥੋਂ ਰਿਫਲੈਕਸ਼ਨ ਆਉਣੀ ਕੈਮਰੇ ਦੇ ਵਿੱਚ ਜੇ ਕੋਈ ਯੂਵੀ ਆ ਵੀ ਫਿਲਟਰ ਤਾਂ ਲੱਗਾ ਨਹੀਂ ਵੀ ਜਿਹੜਾ ਰਿਫਲੈਕਸ਼ਨ ਨਹੀਂ ਆਉਣੀ ਪੂਰੀ ਰਿਫਲੈਕਸ਼ਨ ਆਊਗੀ ਚਲੋ ਜੋ ਵੀ ਹੁੰਦਾ ਵੇਖਦੇ ਹਾਂ ਅੱਗੇ ਕਈ ਉਧਰ ਝੋਨਾ ਲੱਗ ਰਿਹਾ ਉਹ ਹੋ ਰਿਹਾ ਕੱਦੂ ਰੁਕੋ ਟਰੈਕਟਰ ਆਊਗਾ ਹੁਣੇ ਉਹ ਵੇਖੋ ਚਾਚਾ ਜੀ ਕੱਦੂ ਕਰ ਰਹੇ ਨੇ ਇਹ ਮੈਂ ਛਾਤੀ 'ਤੇ ਖੜਾ ਹੋਇਆ ਫਿਲਹਾਲ ਇਸ ਟਾਈਮ ਅਤੇ ਆਹ ਵੇਖੋ ਕੱਦੂ ਹੋ ਰਿਹਾ ਐਵੇਂ ਪਾਣੀ ਦੇ ਵਿੱਚ ਚਾਰੋਂ ਪਾਸੋਂ ਹਰਿਆਲੀ ਹਰਿਆਲੀ ਹੋਈ ਪਈ ਹੈ ਗਾਈਜ਼ ਮਤਲਬ ਹੈ ਵਾ ਨਾ ਗਾਈਜ਼ ਇਹ ਵੀ ਅਸੀਂ ਇੱਥੋਂ ਪਿੱਕ ਖਿੱਚੀ ਹੋਇਆ ਸੀ ਕਿੰਨੀ ਸੋਹਣੀ ਆ ਥੱਲੇ ਡਿੱਗਦੇ ਚਲੋ ਗਾਈਜ਼ ਕੰਟੀਨਿਊ ਕਰਦਾ ਮੈਂ ਅੱਗੇ ਵਲੋਗ ਨੂੰ ਜੋ ਵੀ ਹੁੰਦਾ ਤੁਹਾਨੂੰ ਮੈਂ ਖਾਊਂਗਾ ਵਲੋਗ ਦੇ ਵਿੱਚ ਪਤਾ ਨਹੀਂ ਵਲੋਗ ਕਿੱਡਾ ਵੱਡਾ ਬਣ ਚੁੱਕਿਆ ਅੱਜ ਅੱਜ ਵਲੋਗ ਵੱਡਾ ਹੋਇਆ ਕਰ ਦਾਂਗੇ ਦੋ ਪਾਰ ਦੇ ਵਿੱਚ ਖਚ 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 ਚਲੋ ਚੱਲਦਾ